ਨਵਾਂਸ਼ਹਿਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ 3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਸੁਣਾ ਦਿੱਤੀ। ਇਸ ਉਮਰ ਕੈਦ ਦਾ ਜਿਹੜਾ ਦੋਸ਼ ਦਾ ਆਧਾਰ ਰੱਖਿਆ ਗਿਆ ਉਹ ਇਹ ਰੱਖਿਆ ਗਿਆ ਕਿ ਇਹਨਾਂ ਨੌਜਵਾਨਾਂ ਕੋਲ ਖਾਲਿਸਤਾਨੀ ਸਾਹਿਤ ਸੀ ਅਤੇ ਇਹ ਭਾਰਤ ਦੇ ਖਿਲਾਫ ਜੰਗ ਛੇੜਨਾ ਚਾਹੁੰਦੇ ਸੀ। ਮੇਰੇ ਨਾਲ ਇਸ ਵੇਲੇ ਉਹਨਾਂ 'ਚੋਂ ਇੱਕ ਨੌਜਵਾਨ ਸੁਰਜੀਤ ਸਿੰਘ ਦੇ ਪਿਤਾ ਹਾਜ਼ਰ ਨੇ, ਜਿਨ੍ਹਾਂ ਦਾ ਪਿੰਡ ਬਿਲਕੁਲ ਬਟਾਲੇ ਦੇ ਕੋਲ ਆ। ਇਸ ਪਰਿਵਾਰ ਨਾਲ ਗੱਲਬਾਤ ਕਰਨ ਲਈ ਮੈਂ ਕਪਲਪ੍ਰੀਤ ਸਿੰਘ ਇੱਥੇ ਪਹੁੰਚਿਆ ਹੋਇਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਜਿਹੜੀ ਗੱਲ ਵਾਪਰੀ ਆ, ਜਿਵੇਂ ਤੁਹਾਡੇ ਧਿਆਨ 'ਚ ਸਭ ਕੁਛ ਆਇਆ ਜੀ, ਮੈਂ ਇੱਥੋਂ ਗੱਲ ਸ਼ੁਰੂ ਕਰਨਾ ਚਾਹੁੰਦਾ ਕਿ ਤੁਹਾਡੇ ਪੁੱਤਰ ਨੂੰ ਪੁਲਿਸ ਕਿੱਥੋਂ ਅਤੇ ਕਦੋਂ ਗ੍ਰਿਫਤਾਰ ਕਰਦੀ ਹੈ? ਸਰ, ਮੇਰੇ ਬੇਟੇ ਨੂੰ ਪੁਲਿਸ ਨੇ 28 ਮਈ 2016 ਨੂੰ ਜੀ ਪਠਾਨਕੋਟ ਟੌਪ ਰੋਡ ਨਗਰ ਨਾਨਕੇ ਘਰ ਤੋਂ ਫੜ ਕੇ ਲਿਆਂਦਾ ਜੀ। ਸਾਨੂੰ 2 ਦਿਨ ਉਹਨਾਂ ਨੇ ਕੋਈ ਪਤਾ ਨਹੀਂ ਦਿੱਤਾ ਵੀ ਕਿੱਥੇ ਖੜਿਆ ਕਿੱਥੇ ਨਹੀਂ ਖੜਿਆ। ਉਹ ਵੀ ਤਰਲੇ ਮਾਰਦੇ ਰਹੇ ਨੇ, ਮਾਮਾ ਵੀ, ਮਾਮੀ ਵੀ, ਨਾਨੀ ਵੀ, ਬਹੁਤ ਬੁਰਾ ਹਾਲ ਉਹਨਾਂ ਦਾ ਹੋਇਆ। ਉਹਨਾਂ ਨੂੰ ਕੁਝ ਨਹੀਂ ਦੱਸਿਆ ਇਹਨਾਂ ਨੇ। ਇਸ ਤਰ੍ਹਾਂ ਹੀ ਕੱਛੇ ਬਣੈਣ 'ਚ ਉਹਨੂੰ ਚੁੱਕ ਕੇ ਅਤੇ ਲਾਏ ਨੇ, ਚੱਪਲ ਵੀ ਨਹੀਂ ਪਾਉਣ ਦਿੱਤੀ। ਫਿਰ ਪਤਾ ਨਹੀਂ ਕਿੱਥੇ ਖੜਿਆ ਕਿੱਥੇ ਨਹੀਂ ਖੜਿਆ ਜੀ। ਫਿਰ ਅਸੀਂ ਅਗਲੇ 2 ਦਿਨ ਬਾਅਦ ਅਸੀਂ ਤੈਨੂੰ ਇੱਥੇ ਰੰਗਣ ਨਗਰ ਥਾਣੇ 'ਚ ਅਸੀਂ ਰਿਪੋਰਟ ਦਰਜ ਕਰਵਾਈ ਜੀ। ਉਹਨਾਂ ਨੇ ਲਿਖਤੀ ਰਿਪੋਰਟ ਨਹੀਂ ਕੋਈ ਲਿਖੀ, ਵੈਸੇ ਹੀ ਉਹਨਾਂ ਨੇ ਸਾਡੇ ਬਿਆਨ ਸੁਣੇ ਮੇਰੇ। ਉਹਨਾਂ ਨੂੰ ਮੈਂ ਇਹੀ ਗੱਲ ਦੱਸੀ ਵੀ ਤਾਂ 28 ਤਰੀਕ ਨੂੰ ਸਾਡੇ ਕੋਲ ਗਿਆ ਸਵੇਰੇ ਮਾਮੇ ਆਪਣੇ ਕੋਲ ਕੰਟੀਨ 'ਚੋਂ ਪੱਖਾ ਲੈਣ ਵਾਸਤੇ। 2016 ਦੀ ਆ? 16 ਦੀ, ਹਾਂਜੀ, 5 ਮਈ 2016 ਜੀ। ਉੱਥੋਂ ਫਿਰ ਬਾਅਦ ਵਿੱਚ 2 ਦਿਨ ਬਾਅਦ ਸਾਨੂੰ ਫੋਨ ਆਇਆ ਇੱਕ ਜੀ, ਵੀ ਇਸ ਨੰਬਰ 'ਤੇ ਤੁਸੀਂ ਸੰਪਰਕ ਕਰੋ ਜੀ, ਤੁਹਾਡਾ ਬੇਟਾ ਮਤਲਬ ਇੱਥੇ ਨਵੇਂ ਸ਼ਹਿਰ ਆ। ਵੀ ਅਸੀਂ ਪ੍ਰਾਹੁਣੇ ਨੂੰ ਕੀਤਾ ਫੋਨ, ਪ੍ਰਾਹੁਣੇ ਨੇ ਕਿਹਾ ਵੀ ਤੁਸੀਂ ਮੇਰੇ ਕੋਲ ਆ ਜਾਓ ਜੀ। ਪਿੰਡ ਵਾਲੇ ਵੀ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਸਾਰੇ ਜਣੇ, ਪਰ ਮੈਂ ਸਮਰੱਥਾ ਨਹੀਂ, ਮੈਂ ਖੜ ਸਕਿਆ, ਮੈਨੂੰ ਪਤਾ ਹੀ ਨਹੀਂ ਵੀ ਜਦ ਕਿੱਥੇ ਆ ਕਿੱਥੇ ਨਹੀਂ, ਕਿੱਥੇ ਖੜਦਾ ਮੈਂ। ਹਾਂਜੀ, ਫਿਰ ਮੈਂ ਉੱਥੇ ਰਾਹੋਂ ਥਾਣੇ ਅਸੀਂ ਗਏ ਹਾਂ ਜੀ ਜੀ। ਉੱਥੇ ਜਾ ਕੇ ਦੇਖਿਆ ਤੇ ਇਹਦੀ ਹਾਲਤ ਮੈਥੋਂ ਦੇਖੀ ਨਹੀਂ ਗਈ। ਕੀ ਲੱਗਾ ਤੁਹਾਨੂੰ? ਬਹੁਤ ਬੁਰਾ ਹਾਲ ਹੀ ਉਹਦਾ ਜੀ, ਤਸ਼ੱਦਦ ਢਾਇਆ ਗਿਆ, ਢਾਇਆ ਹੀ ਹੋਇਆ ਜੋ ਸ਼ਕਲ ਤੋਂ ਹੀ ਇੱਥੇ ਜਾਪਦਾ ਸੀ। ਕਹਿੰਦੇ ਡੈਡੀ ਮੈਨੂੰ 3 ਦਿਨ ਤੱਕ ਇਹਨਾਂ ਨੇ ਪਾਣੀ ਤੱਕ ਨਹੀਂ ਦਿੱਤਾ, ਰੋਟੀ ਤੇ ਇੱਕ ਪਾਸੇ ਰਹੀ। ਅੱਛਾ, ਮੇਰੇ ਪੇਟ ਵਿੱਚ ਦਰਦ ਬੜੀ ਹੋਣ ਡਈ ਆ। ਲਾਗੇ ਪੁਲਿਸ ਵਾਲੇ ਖਲੋਤਾ ਸੀ ਇੱਕ, ਉਹ ਕਹਿੰਦਾ ਪਹਿਲਾਂ ਨਹੀਂ ਕਦੇ ਹੁੰਦੀ ਸੀ ਇਹਦੇ? ਮੈਂ ਨਹੀਂ, ਪਹਿਲਾਂ ਨਹੀਂ ਹੁੰਦੀ। ਫਿਰ ਕਹਿੰਦੇ ਚਲੋ ਪਿਆਉਂਦੇ ਹਾਂ ਇਹਨੂੰ ਪਾਣੀ ਅਸੀਂ। ਫਿਰ ਉਹਨਾਂ ਕੋਲ ਸਾਈਨ ਕਰਵਾਇਆ, ਇਸ ਤੋਂ ਫਾਰਮ ਭਰਾ ਵਿੱਚ ਠੀਕ ਤੁਹਾਡਾ ਬੇਟਾ ਹੈ, ਅਸੀਂ ਉੱਥੋਂ ਆ ਗਏ ਜੀ। ਫਿਰ 2 ਦਿਨ ਬਾਅਦ ਫਿਰ ਅਸੀਂ ਗਏ ਉੱਥੇ ਉਹਨਾਂ ਨੂੰ ਲੀੜਾ ਕੱਪੜਾ ਉਹਨੂੰ ਦੇਣ ਵਾਸਤੇ, ਫਿਰ ਵੀ ਸਾਨੂੰ ਗਾਂਹ ਨਹੀਂ ਉਹਨਾਂ ਨੂੰ ਮਿਲਣ ਦਿੱਤੇ। ਤਾਂ ਮੈਂ ਦੂਰੋਂ ਫਿਰ ਮੈਨੂੰ ਇਸ਼ਾਰਾ ਉਹਨੂੰ ਮੈਂ ਕੀਤਾ ਕਿ ਉੱਥੇ ਹੀ ਗਿਆ ਵਿਚਾਰਾ, ਸਿਰ ਵੀ ਨੰਗਾ ਸੀ ਉਹਦਾ, ਅਤੇ ਸਿਰ ਇਸ਼ਾਰਾ ਬਣਾਉਣ ਪਾਇਆ ਅਤੇ ਬੈਠਾ ਸੀ। ਫਿਰ ਉਹਨੂੰ ਪੁੱਛਿਆ ਜਾ ਕੇ, ਕਹਿੰਦਾ ਕੁਝ ਅੱਗੇ ਨਾ ਥੋੜ੍ਹਾ ਜਿਹਾ ਫਰਕ, ਸਟਾਫ ਨੇ ਥੋੜ੍ਹਾ ਜਿਹਾ ਫਰਕ ਕੀਤਾ ਜੀ। ਹਾਂਜੀ, ਕਿੰਨੇ ਦਿਨ ਰਿਮਾਂਡ 'ਤੇ ਰੱਖਿਆ ਗਿਆ? ਰਿਮਾਂਡ ਜੀ ਕਹਿੰਦਾ ਪਹਿਲਾਂ ਕਹਿੰਦੇ 7 ਦਿਨ ਦਾ ਰਿਮਾਂਡ ਆ ਜੀ, 4 ਦਿਨ ਦਾ ਉਹਨਾਂ ਨੇ ਫੇਰ ਲਿਆ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨਾਭੇ ਜੇਲ੍ਹ ਦੇ ਵਿੱਚ 14 ਦਿਨ ਵਾਸਤੇ ਭੇਜ ਦਿੱਤਾ ਜੀ। ਉਸ ਤੋਂ ਬਾਅਦ ਸਾਡੇ ਕੋਲ ਉੱਥੋਂ ਦਾ ਰਾਹੋਂ ਦਾ SHO ਉਹ ਆਇਆ ਇੱਥੇ ਸੜਕ 'ਤੇ, ਮੈਨੂੰ ਮਿਲਿਆ ਜੀ,
ਕਹਿੰਦਾ ਤੁਹਾਡਾ ਬੇਟਾ ਬਿਲਕੁਲ ਸਹੀ ਆ ਅਤੇ ਗਲਤੀ ਇਹਨੇ ਚਲੋ ਮਾੜੀ ਕੀਤੀ, ਸੰਬੰਧ ਰੱਖਿਆ, ਬਾਕੀ 3 ਮਹੀਨੇ ਬਾਅਦ ਇਹ ਘਰ ਆ ਜਾਏਗਾ। 3 ਹੋਏ 6 ਹੋਏ ਹੁਣ 3.5 ਸਾਲ ਹੋ ਗਏ ਆ। 3.5 ਸਾਲ ਬਾਅਦ ਹੁਣ 5 ਤਰੀਕ ਨੂੰ ਆ ਫੈਸਲਾ ਦੇ ਦਿੱਤਾ। ਤੁਹਾਡਾ ਹੋਰ ਕੋਈ ਪੁੱਤਰ ਹੈ? ਨਹੀਂ ਜੀ, ਇਹੀ ਇਕੱਲਾ ਵੀ ਮੇਰਾ ਕਿੱਥੇ ਆ, ਉਹ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਉਹਦੀ ਦਾਤ ਆ। ਸੁਰਜੀਤ ਸਿੰਘ ਪਹਿਲਾਂ ਕੰਮ ਕਾਜ ਕੀ ਕਰਦਾ ਸੀ? ਕੰਮ ਜੀ ਪਲੱਸ 2 ਕਰਕੇ ਅਤੇ ਪਹਿਲਾਂ ਸਾਲ ਤੋਂ ਵਿਹਲਾ ਰਿਹਾ ਜੀ, ਕੋਈ ਕੰਮ ਕਰ ਮਾੜਾ ਮੋਟਾ ਸਿੱਖਣਾ ਇਹਨੇ, ਉਹ ਮੋਟਰ ਮਕੈਨਿਕ ਦਾ ਹੁਸ਼ਿਆਰਪੁਰ ਸਿੱਖਦਾ ਰਿਹਾ ਕਿੰਨਾ ਚਿਰ, 9 ਮਹੀਨੇ ਜੀ। ਫਿਰ ਇੱਥੇ ਆ ਜਿਹੜੀ ਉਹ ਐਕਸਿਸ ਬੈਂਕ ਹੈ ਉਹਦੇ ਵਿੱਚ 1.25 ਸਾਲ ਲੱਗਾ ਰਿਹਾ ਸਕਿਉਰਟੀ। ਅੱਛਾ, ਉੱਥੇ ਡਿਊਟੀ ਕਰਦਾ ਰਿਹਾ। ਅੱਛਾ, ਅਤੇ ਅਖੰਡ ਪਾਠ ਸਾਹਿਬ ਵੀ ਕਰਦਾ ਰਿਹਾ ਕੁਛ? ਹਾਂ, ਡਿਊਟੀ ਲਾਉਂਦਾ ਸੀ। ਅੱਛਾ, ਕੋਈ ਉਹਦੇ ਦਰਮਦਾਰ ਦੇ ਸਾਡੇ ਕੋਲ ਕੁਝ ਹੁੰਦਾ ਹੀ ਨਹੀਂ। ਤੁਹਾਨੂੰ ਕੀ ਲੱਗਦਾ ਤੁਹਾਡੇ ਪੁੱਤਰਾਂ ਨੇ ਕੀ ਕੁਛ ਵਾਪਰ ਗਿਆ? ਉਮਰ ਕੈਦ ਨਵੇਂ ਸ਼ਹਿਰ ਦੀ ਸੈਸ਼ਨ ਅਦਾਲਤ ਨੇ ਸੁਣਾ ਦਿੱਤੀ ਆ। ਹਾਂਜੀ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਨਾਲ ਕੀ ਕੁਛ ਵਾਪਰ ਗਿਆ? ਬਿਲਕੁਲ ਧੱਕਾ ਹੋਇਆ ਜੀ, ਭਾਵੇਂ ਪਿੰਡ ਦੇ ਬੱਚੇ ਬੱਚੇ ਨੂੰ ਪੁੱਛ ਕੇ ਵੇਖ ਲਓ, ਸਾਰਾ ਪਿੰਡ ਕਹਿਣ ਡਿਆ, ਰੋਣ ਡਿਆ ਸਾਰਾ ਪਿੰਡ, ਕਹਿੰਦਾ ਬਹੁਤ ਨਿਆਂ ਹੋਇਆ, ਕਾਹਦੀ ਸਜ਼ਾ ਇਹਨੂੰ, ਉਮਰ ਕੈਦ ਕਾਹਦੀ ਦਿੱਤੀ ਹੈ ਇਹਨੂੰ, ਕੀ ਇਹਦੇ ਕੋਲ ਨਿਕਲਿਆ, ਇੰਨਾ ਭੋਲਾ ਬੱਚਾ ਹੀ ਹੈਗਾ। ਬਿਲਕੁਲ, ਕੁਝ ਕਿਤਾਬਾਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਦਰਸਾ ਕੇ ਅਤੇ ਉਹਨਾਂ ਨੇ ਬਸ ਇਹੀ, ਉਹ ਵੀ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਕੀ ਉੱਥੇ ਪਾਇਆ ਕੀ ਨਹੀਂ। ਤੁਸੀਂ ਪੈਰਵਾਈ ਲਈ ਕਿੰਨਾ ਕੁ ਜਾ ਸਕੇ? ਮਗਰ ਪੈਰਵੀ ਸਰ ਉਹਨਾਂ ਨੇ ਮੇਰੇ ਬੇਟੇ ਨੂੰ ਉੱਥੇ ਪੁੱਛਿਆ ਵੀ ਤੇਰਾ ਵਾਰਸ ਕੋਈ? ਹਾਂਜੀ, ਹੈਂ, ਉਹਨੇ ਕਿਹਾ ਵੀ ਮੇਰਾ ਮਾਂ ਪਿਓ ਬਾਪ ਜਿਹੜੇ ਆ ਉਹ ਨਹੀਂ ਆ ਸਕਦੇ, ਨਾ ਪੈਰਵਾਈ ਕਰ ਸਕਦੇ ਨੇ। ਹੋਰ ਕੋਈ ਇਹ ਮੇਰੀ ਸਿਸਟਰ ਇੱਥੇ 2 ਵਿਆਹੀਆਂ ਨੇ ਜੀ, ਉਹ ਹੈ ਪੈਰਵਾਈ ਕਰਨੀ। ਫਿਰ ਉਹਨਾਂ ਨੇ ਵੱਡੀ ਭੈਣ ਦਾ ਨਾਂ ਦਿੱਤਾ ਅਤੇ ਨੰਬਰ ਦਿੱਤਾ, ਐਡਰੈਸ ਦਿੱਤਾ, ਫਿਰ ਉਹਨਾਂ ਨੂੰ ਮਤਲਬ ਮਿਲੇ, ਫੋਨ ਕਰਕੇ ਪੁੱਛਿਆ ਜਾਂ ਜੋ ਵੀ ਹੋਇਆ, ਸਾਨੂੰ ਕੋਈ ਪਤਾ ਨਹੀਂ। 1-2 ਤਰੀਕ 'ਤੇ ਅਸੀਂ ਗਏ, ਸਾਨੂੰ ਨਾਲ ਲੈ ਕੇ ਉਹੀ ਜਾਂਦਾ ਰਿਹਾ ਵਿਚਾਰਾ। 90 ਜੇਲ੍ਹ 'ਚ ਵੀ ਅਸੀਂ ਮੁਲਾਕਾਤ 3 ਵਾਰੀ ਗਏ ਹਾਂ, 2 ਵਾਰੀ ਅਸੀਂ ਹਾਂ, ਦੋਵੇਂ ਇਕੱਠੇ ਗਏ ਹਾਂ। ਬਸ 3 ਸਾਲਾਂ 'ਚ ਮਸਾਂ ਤੁਸੀਂ 3 ਵਾਰੀ ਜਾ ਸਕੇ ਹੋ ਮੁਲਾਕਾਤ? ਹਾਂ, 90 ਜੇਲ੍ਹ ਦੇ ਵਿੱਚ 4 ਵਾਰੀ ਗਏ ਹਾਂ ਜੀ। ਅੱਛਾ, ਇੱਕ ਵਾਰੀ ਵਕੀਲ ਕਹਿੰਦਾ ਇਹ ਸਾਈਨ ਕਰਵਾ ਕੇ ਲਿਆਓ, ਉਹ ਗਏ ਜਦੋਂ ਪਹਿਲੀ ਵਾਰੀ। ਸੁਰਜੀਤ ਸਿੰਘ ਦੇ ਮੰਮੀ ਠੀਕ ਨਹੀਂ ਰਹਿੰਦੇ, ਕੀ ਗੱਲ? ਇਹ ਟੈਨਸ਼ਨਾਂ ਜੀ। ਟੈਨਸ਼ਨਾਂ ਬੰਦੇ ਨੂੰ ਲੈ ਕੇ ਬਹਿ ਜਾਂਦੀਆਂ ਨੇ। ਸਿੱਖ ਜਥੇਬੰਦੀਆਂ ਤੋਂ ਕੀ ਆਸ ਕਰਦੇ ਹੋ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਸ ਪ੍ਰਤੀ ਆਵਾਜ਼ ਬੁਲੰਦ ਕਰਨ ਲਈ? ਸਰ, ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹ ਧੱਕਾ ਹੋਇਆ, ਇਹ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਮੈਂ ਨਹੀਂ ਕਿ ਮੇਰੇ ਬੇਟੇ ਨੂੰ ਮਿਲਣਾ ਚਾਹੀਦਾ, ਜਿੰਨੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਾਰਿਆਂ ਨੂੰ ਮਿਲਣਾ ਚਾਹੀਦਾ। ਬਹੁਤ ਪੁਲਿਸ ਧੱਕਾ ਕਰਦੀ ਹੈ ਜੀ। ਇੱਥੇ CID ਵਾਲਾ ਇੱਕ ਆਇਆ, ਕਹਿੰਦਾ ਇੱਦਾਂ ਮੈਂ ਪੁਲਿਸ ਤੁਹਾਡੀ ਤੁਸੀਂ ਬਹੁਤ ਮਾੜਾ ਕਰਦੇ ਹੋ। ਉਹ ਕਹਿੰਦਾ ਨਹੀਂ ਬਾਬਾ ਜੀ, ਐਸੀ ਨਹੀਂ ਗੱਲ ਹੈਗੀ, ਅਸੀਂ ਨਹੀਂ ਮਾੜਾ ਕਰਦੇ। ਮੈਂ ਮਾੜਾ ਕੀਤਾ, ਹੋਰ ਕੀ ਕੀਤਾ ਜੇ, ਫੜਿਆ ਕਿਤੋਂ ਜੇ, ਪਾਇਆ ਕਿਤੋਂ ਜੇ, ਉਹਨੂੰ ਤਾਂ ਰਾਹੋਂ ਤਾਂ ਪਤਾ ਹੀ ਨਹੀਂ ਵੀ ਕਿਹੜਾ ਬੱਸ ਸਟੈਂਡ 'ਤੇ ਕਿੱਥੇ ਰਾਹੋਂ ਆ ਕਿੱਥੇ ਨਹੀਂ ਹੈਗਾ। ਹਾਂ, ਚੁੱਕਿਆ ਪਠਾਨਕੋਟ, ਪਠਾਨਕੋਟ ਤੋਂ ਚੁੱਕਿਆ ਜੇ, ਘਰੋਂ ਚੁੱਕਿਆ, ਕੋਈ ਇੱਕ ਨਵੇਂ ਪੈਸੇ ਦੀ ਚੀਜ਼ ਨਹੀਂ ਉਹਦੇ ਕੋਲ ਮਿਲੀ ਹੈਗੀ। ਇੱਥੋਂ ਮੇਰੇ ਕੋਲ ਬੈਂਕ ਦੀ ਕਾਪੀ ਲੈ ਕੇ ਗਏ ਵੀ ਖਰੇ ਬਾਹਰੋਂ ਪੈਸੇ ਨਾ ਆਉਂਦੇ ਹੋਣ ਇਹਨੂੰ, ਉਹ ਆਇਆ ਅਤੇ 621 ਰੁਪਈਏ ਉਹਦੇ, ਉਹ ਵੀ ਇਹਨਾਂ ਨੇ ਬੈਂਕ ਵਾਲੇ ਨੂੰ ATM ਰਾਹੀਂ ਤਨਖਾਹ ਦਿੰਦੇ ਸੀਗੇ ਅਤੇ ਤਾਂ ਅਕਾਊਂਟ ਉੱਥੇ ਖੁਲਾਇਆ ਸੀਗਾ। ਹਾਂਜੀ, ਉਹ ਵੀ ਕੁਝ ਨਹੀਂ ਹੈ, ਕੋਈ ਪੈਸਾ ਨਹੀਂ ਹੈਗਾ। ਬਾਕੀ ਅਸੀਂ ਕੀ ਕਹਿ ਸਕਦੇ ਹਾਂ, ਸਾਡੀ ਗਰੀਬਾਂ ਦੀ ਮੇਰੀ ਤਾਂ ਹਾਂ ਹੀ ਹੈ, ਇਹਨਾਂ ਨੂੰ ਪਏਗੀ ਜੇ ਪਏਗੀ। ਬਾਕੀ ਤੁਸੀਂ ਆਏ ਹੋ,
ਤੁਸੀਂ ਮਿਹਰਬਾਨੀ ਕਰੋ ਕਿਸੇ ਜਿਸ ਤਰ੍ਹਾਂ ਵੀ ਹੁੰਦਾ ਮੇਰੇ ਬੱਚੇ ਨੂੰ ਰਿਹਾ ਕਰੋ। ਆਵਾਜ਼ ਨੂੰ ਸਾਰੇ ਸੰਸਾਰ ਤੱਕ ਪਹੁੰਚਾਵਾਂਗੇ। ਠੀਕ ਹੈ ਸਰ, ਸਾਰੇ ਸੰਸਾਰ ਤੱਕ। ਠੀਕ ਹੈ ਜੀ ਜੀ, ਅਤੇ ਆਸ ਕਰਦੇ ਹਾਂ ਕਿ ਉਹ ਸਜ਼ਾ ਟੁੱਟ ਜੇ ਉਹਨਾਂ ਦੀ, ਅਗਾਂਹ ਹਾਈ ਕੋਰਟ ਵੀ ਆਪਣੇ ਕੋਲ। ਠੀਕ ਹੈ ਜੀ ਜੀ, ਠੀਕ। ਮੈਂ ਤਾਂ ਇੱਥੇ ਨਹੀਂ ਜਾਣ ਤੱਕ ਤਾਂ ਹਾਈ ਕੋਰਟ ਕਿੱਦਾਂ ਜਾਵਾਂਗਾ ਜੀ। ਮੈਂ ਇੱਕ ਮੇਰੇ ਕੋਲ ਮੱਝ ਸੀ, ਉਹ ਮੈਂ ਵੇਚ ਕੇ ਉਹ ਪਹਿਲੇ ਇੱਥੇ ਵਕੀਲ ਨੂੰ ਦੇ ਛੱਡੇ ਆ। ਹੁਣ ਦੋ ਕੁ, ਇੱਕ ਗਾਈ ਆ, ਕਿਲੋ ਕੁ ਦੁੱਧ ਦਿੰਦੀ ਆ, ਉਹ ਇੱਕ ਮੱਝ ਦਿੰਦੀ ਆ। ਬੜਾ ਟਾਈਮ ਮੁਸ਼ਕਿਲ ਪਾਸ ਕਰਨ ਡਏ ਹਾਂ ਜੀ, ਜੋ ਸਾਡੇ 'ਤੇ ਬੀਤਣ ਡੀ ਸਾਨੂੰ ਪਤਾ। ਆਖਿਰ 'ਚ ਮੈਂ ਤੁਹਾਡਾ ਨਾਮ ਪੁੱਛਣੋਂ ਭੁੱਲ ਗਿਆ, ਤੁਹਾਡਾ ਨਾਮ ਜੀ? ਮੇਰਾ ਨਾਮ ਟੇਕ ਸਿੰਘ ਜੀ। ਵਾਸੀ? ਵਾਸੀ ਬਹਾਦਰ ਸਿੰਘ ਕਲਾਂ ਜੀ, ਡਿਸਟ੍ਰਿਕਟ ਗੁਰਦਾਸਪੁਰ ਜੀ। ਤੁਹਾਡੇ ਦੁੱਖ ਨੂੰ ਅਸੀਂ ਸਮਝਦੇ ਹਾਂ ਮਹਾਰਾਜ, ਤੁਹਾਡੇ ਪੁੱਤਰ ਨੂੰ ਹੋਰਾਂ ਨੂੰ ਵੀ ਰਿਹਾਈ ਬਖਸ਼ੇ। ਮੈਂ ਚਾਹੁੰਦਾ ਜੀ ਸਾਰਿਆਂ ਨੂੰ ਬਾਹਰ ਆਉਣਾ ਚਾਹੀਦਾ ਜੀ ਜੀ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।